ਜੀ ਜੀ ਕੀ ਲੱਗਦਾ ਹੁਣ ਤਾਂ ਗੱਲ ਨੇੜੇ ਜੀ ਹੈ, ਬੜਾ ਟਾਈਮ ਨੀ ਬਚਿਆ, ਕੀ ਲੱਗਦਾ ਹਾਲਾਤ ਕੀ ਨੇ? ਵਧੀਆ ਹੀ ਹੋਏਗਾ, ਉਹ ਪਰਮ ਪਿਤਾ ਪਰਮੇਸ਼ਵਰ ਸੱਚੇ ਪਾਤਸ਼ਾਹ ਚੰਗਾ ਰਿਜ਼ਲਟ ਦੇਗਾ। ਅੱਛਾ ਕੀ ਦੇਖਦੇ ਹੋ ਜਿਹੜਾ ਪੂਰੇ ਦਿਨਾਂ ਦੇ ਵਿੱਚ ਪ੍ਰਚਾਰ, ਉਧਰ ਮੁੱਖ ਮੰਤਰੀ ਸਾਹਿਬ ਤੇ ਪੂਰੀ ਕੈਬਨਿਟ ਸਾਰੇ ਬੈਠੇ ਨੇ, ਗਲੀ ਗਲੀ ਪ੍ਰਚਾਰ ਹੋ ਰਿਹਾ, ਕੀ ਲੱਗਦਾ ਹੈ ਇਧਰ? ਹਾਲਾਂਕਿ ਕਸਰ ਤੁਸੀਂ ਵੀ ਨੀ ਛੱਡ ਰਹੇ, ਵੜਿੰਗ ਸਾਹਿਬ ਨੇ, ਤੁਹਾਡੀ ਬਾਕੀ ਲੀਡਰਸ਼ਿਪ ਹੈ, ਚੰਨੀ ਸਾਹਿਬ ਨੇ ਲੱਗੇ ਹੋਏ ਹੋ। 10 ਤਰੀਕ ਨੂੰ ਵੋਟਾਂ, 13 ਨੂੰ ਪਤਾ ਲੱਗ ਜਾਣਾ ਜੀ, ਵੋਟਰਾਂ ਨੇ ਫੈਸਲਾ ਦੇਣਾ। ਅੱਛਾ ਕੀ ਲੱਗਦਾ ਕਿਸ ਮੁੱਦੇ? ਸਰਕਾਰ ਕਹਿੰਦੀ ਹੈ ਕਿ ਸਾਡੀ ਕਾਰਗੁਜ਼ਾਰੀ ਹੈ, ਕਾਰਗੁਜ਼ਾਰੀ ਤੇ ਲੋਕਾਂ ਨੇ ਸਾਨੂੰ ਵੋਟ ਕਰਨਾ, ਤੁਹਾਨੂੰ ਕੀ ਲੱਗਦਾ ਕਿ ਜੇ ਸਰਕਾਰ ਦੀ ਕਾਰਗੁਜ਼ਾਰੀ ਹੈ ਤਾਂ ਉਹਨੂੰ ਛੱਡ ਕੇ ਲੋਕ ਤੁਹਾਡੇ ਵਾਲੇ ਪਾਸੇ ਕਿਉਂ ਵੋਟ ਕਰਨ? ਸਰਕਾਰ ਦੀ ਕਾਰਗੁਜ਼ਾਰੀ ਨੂੰ ਮੱਦੇ ਨਜ਼ਰ ਰੱਖ ਕੇ ਹੀ ਜਿਹੜਾ ਇੱਕ ਤਰਫਾ ਫੈਸਲਾ ਹੋਣਾ ਕਾਂਗਰਸ ਦੇ ਪੱਖ 'ਚ। ਕਿਉਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਪਰ ਦਾਵਾ ਕਰਦੇ ਨੇ ਬਿਜਲੀ, ਉਹ ਕਹਿੰਦੇ ਅਸੀਂ ਬਿੱਲ ਜ਼ੀਰੋ ਆ ਰਹੇ ਆ, ਹੋਰ ਕਹਿੰਦੇ ਘਰ ਘਰ ਰਾਸ਼ਨ ਜਾ ਰਿਹਾ? ਕਿਉਂ ਦਾ ਜਵਾਬ 13 ਤਰੀਕ ਨੂੰ ਤੁਹਾਨੂੰ, 10 ਤਰੀਕ ਨੂੰ ਵੋਟਾਂ ਪਾਣਗੇ, 13 ਤਰੀਕ ਨੂੰ ਤੁਹਾਨੂੰ ਕਿਉਂ ਦਾ ਜਵਾਬ ਮਿਲੇਗਾ ਜੀ। ਤੁਹਾਡੇ ਤੇ ਸਵਾਲ ਬੜੇ ਚੁੱਕੇ ਜਾ ਰਹੇ ਨੇ, ਕਹਿੰਦੇ ਨੇ ਕਿ ਕਰੋੜਾਂ ਦੇ ਕਹਿੰਦੇ ਘੁਟਾਲੇ ਹੋ ਗਏ, ਤੁਸੀਂ ਸੀਨੀਅਰ ਡਿਪਟੀ ਮੇਅਰ ਸੀ, ਕਹਿੰਦੇ ਲਗਾਤਾਰ ਇੱਥੇ ਰਾਜ ਕੀਤਾ ਤੇ ਕਹਿੰਦੇ ਵੱਡੇ ਘੁਟਾਲੇ ਹੋਏ, ਤਾਂ ਉਹਦੇ ਵਿੱਚ ਕਹਿੰਦੇ ਜਾਂਚ ਹੋਣੀ ਆ, ਹਲੇ ਬਹੁਤ ਕੁਝ ਸਾਹਮਣੇ ਆਉਣਾ, ਤੁਹਾਡੇ ਤੇ ਐਲੀਗੇਸ਼ਨ ਲਾ ਰਹੇ ਨੇ, ਕਦੋਂ ਨੂੰ ਕਰਾਣੀ ਆ ਜਾਂਚ? ਹੁਣ ਤਾਂ ਜਾਂਚ ਦਾ ਵੇਲਾ ਸੀ, ਕਰਾਉਂਦੇ ਕਿਉਂ ਨੀ? ਬੁਖਲਾਹਟ ਆ, ਹੋਰ ਕੁਛ ਨੀ, ਬੁਖਲਾਹਟ ਇੱਕ ਬੀਬੀ ਕੋਲੋਂ ਡਰੇ ਪਏ, ਬੁਖਲਾਹਟ। ਇੱਕ ਤੁਹਾਡੇ ਬੇਟੇ ਦੇ ਨਾਮ ਤੇ ਅੱਜ ਇੱਕ ਕਾਨਫਰੰਸ ਕੀਤੀ ਗਈ ਹੈ, ਸੱਤਾਧਰ ਨੇ ਕਾਨਫਰੰਸ ਕੀਤੀ, ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਇੱਕ ਪਲਾਟ ਦੀ ਗੱਲ ਹੋ ਰਹੀ ਹੈ ਕਿ ਕਮਰਸ਼ੀਅਲ ਸੀ ਉਸਨੂੰ ਰੈਜੀਡੈਂਸ਼ੀਅਲ ਜਿਹੜਾ ਹੈਗਾ ਬਣਾ ਦਿੱਤਾ ਗਿਆ, ਕਹਿੰਦੇ ਵੱਡਾ ਘੁਟਾਲਾ ਹੋ ਗਿਆ, ਉਹਦੀ ਵੀ ਕਹਿੰਦੇ ਜਾਂਚ ਹੋਣੀ ਹੈ, ਕਹਿੰਦੇ ਕੋਈ ਪਰਮਿਸ਼ਨ ਨਹੀਂ ਲਈ, ਕੋਈ ਐਨਓਸੀ ਨਹੀਂ ਲਈ, ਤੇ ਕਹਿੰਦੇ ਕਿਉਂਕਿ ਬੀਬੀ ਜੀ ਪਾਵਰ 'ਚ ਸੀ, ਅੰਦਰ ਹੀ ਅੰਦਰ ਸਾਰਾ ਕੁਝ ਹੋ ਗਿਆ। ਇਹਨਾਂ ਨੂੰ ਕਹੋ ਵੀ ਹੁਣ ਤਾਂ ਜਾਂਚ ਦਾ ਵੇਲਾ, ਇਦੋਂ ਬਾਅਦ ਤੰਬਾ ਫੂਕਣਾ, ਜਾਂਚ ਕਰਾਓ। ਮੈਂ ਤਾਂ ਆਪ ਕਹਿੰਦੀ ਜਾਂਚ ਹੋਣੀ ਚਾਹੀਦੀ, ਜਿਹੜੇ ਇਹਨਾਂ ਨੇ ਘੁਟਾਲੇ ਕੀਤੇ ਆ, ਜਿੰਨੇ ਮੰਤਰੀ ਸਾਰੀ ਕੈਬਨਿਟ ਜਿੰਨੇ ਇੱਥੇ ਆਏ ਸਾਰੇ 2 ਨੰਬਰ ਦੇ ਧੰਦੇ ਕਰਨ ਵਾਲੇ ਆ, ਇਸ ਕਰਕੇ ਇਹਨਾਂ ਨੂੰ ਸ਼ੀਸ਼ਾ ਦੇਖਣੇ ਆਪਣਾ ਜ਼ਰਾ। ਜਿਹੜਾ ਰੀਅਲ ਇਸਟੇਟ ਦਾ ਬਿਜ਼ਨਸ ਕਰਨਾ ਕੋਈ ਮਾੜੀ ਗੱਲ ਨਹੀਂ ਹੁੰਦੀ, ਸਾਰੇ ਹੀ ਕਰਦੇ ਆ। ਇਹ ਜਿਹੜਾ ਹੈ ਨਾ ਸਾਨੂੰ ਲੰਸ਼ਨ ਲਾਉਂਦੇ ਆ, ਸਾਡੇ ਸਿਹਤ 'ਤੇ ਕੋਈ ਅਸਰ ਨਹੀਂ, ਸਾਨੂੰ ਪਤਾ, ਲੋਕ ਜਾਣਦੇ ਆ ਸੁਰਿੰਦਰ ਕੌਰ ਨੂੰ ਅਤੇ ਚੌਧਰੀ ਰਾਮ ਮਾਸਟਰ ਜੀ ਦੇ ਪਰਿਵਾਰ ਨੂੰ। ਅੱਛਾ ਕੀ ਵੈਸੇ ਉਹ ਪਲਾਟ ਦਾ ਮਸਲਾ ਕੀ ਹੈ ਜਿਹਨੂੰ ਲੈ ਕੇ ਅੱਜ ਸਪੈਸ਼ਲ ਕਾਨਫਰੰਸ ਕੀਤੀ ਗਈ? ਮੈਨੂੰ ਪਤਾ ਹੀ ਨਹੀਂ, ਮੈਂ ਤਾਂ ਤੁਹਾਡੇ ਕੋਲੋਂ ਸੁਣਿਆ, ਮੈਨੂੰ ਪਤਾ ਹੀ ਨਹੀਂ ਜੀ। ਦਿਓਲ ਨਗਰ ਵਾਲੇ ਪਾਸੇ ਇੱਕ ਪਲਾਟ ਹੈ, ਕਹਿੰਦੇ ਕਮਰਸ਼ੀਅਲ ਸੀ, ਕੋਕਾ ਕੋਲਾ ਕੋਲ ਸੀ ਪਹਿਲਾਂ, ਉਸ ਦੇ ਵਿੱਚ ਕਹਿੰਦੇ ਉਹਨੂੰ ਕਨਵਰਟ ਕੀਤਾ ਗਿਆ। ਕੁਛ ਨਹੀਂ ਹੈਗਾ ਇਹਨਾਂ ਦਾ, ਇਹਨਾਂ ਦੀ ਬੁਖਲਾਹਟ ਹੈਗੀ ਆ, ਹੋਰ ਕੁਛ ਨਹੀਂ ਹੈਗਾ। ਜੇ ਕੁਛ ਹੋਵੇ ਤਾਂ ਤੁਹਾਡੇ ਸਾਹਮਣੇ ਕੋਈ ਡਾਕੂਮੈਂਟ ਨਾ ਰੱਖਣ, ਜੇ ਕੁਛ ਹੋਵੇ, ਜਦੋਂ ਬੰਦਾ ਪੀਸੀ ਕਰਦਾ, ਪ੍ਰੈਸ ਕਾਨਫਰੰਸ ਕਰਦਾ, ਸਾਹਮਣੇ ਪ੍ਰੂਫ ਹੁੰਦੇ ਆ, ਕੁਛ ਨਹੀਂ ਹੈਗਾ ਇਹਨਾਂ ਦੇ ਪੱਲੇ। ਇਹਨਾਂ ਨੂੰ ਦਿਖਦਾ ਪਿਆ ਕਿ ਬੀਬੀ ਅੱਪ ਜਾ ਰਹੀ ਹੈ, ਇੱਕ ਜਲੰਧਰ ਦੀ ਧੀ ਦੇ ਕੋਲੋਂ, ਇੱਕ ਪੰਜਾਬ ਦੀ ਧੀ ਦੇ ਕੋਲੋਂ ਡਰੇ ਪਏ ਆ, ਪਤਾ ਨਹੀਂ ਕੀ ਕੀ ਕਰੀ ਜਾਣਾ। ਜੋ ਆਪ ਕਰਦੇ ਆ ਨਾ, ਦੂਜਿਆਂ ਤੇ ਲੰਸ਼ਨ ਲਾਉਂਦੇ ਆ। ਉਧਰ ਸੁਸ਼ੀਲ ਰਿੰਕੂ ਹੋਰਾਂ ਨੇ ਚੰਨੀ ਸਾਹਿਬ ਨੂੰ ਇੱਕ ਨੋਟਿਸ ਭੇਜਤਾ ਮਾਣਹਾਨੀ ਦਾ, ਉਹ ਕਹਿੰਦੇ ਕਿ ਮੇਰੇ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ। ਨੋ ਕਮੈਂਟਸ, ਨੋ ਕਮੈਂਟਸ। ਕੀ ਲੱਗਦਾ ਜੀ ਹੁਣ ਮੁਕਾਬਲਾ ਫਿਰ ਕਿਹਦੇ ਨਾਲ ਦੇਖਦੇ ਹੋ? ਇੱਕ ਪਾਸੇ ਸੱਤਾਧਰ ਹੈ, ਦੂਜੇ ਪਾਸੇ ਬੀਜੇਪੀ ਹੈ, ਇੱਧਰ ਤੁਸੀਂ ਹੋ, ਕੀ ਲੱਗਦਾ? ਹਾਲਾਂਕਿ ਅਕਾਲੀ ਤੇ ਬਹੁਜਨ ਸਮਾਜ ਪਾਰਟੀ ਵੀ ਹੈ। ਦਲ ਬਦਲੂਆਂ ਨਾਲ ਮੁਕਾਬਲਾ, ਪੰਜਾਬ ਦੀ ਧੀ ਦਾ, ਭਗਵੰਤ ਮਾਨ ਦੇ ਨਾਲ ਮੁਕਾਬਲਾ, ਦਲ ਬਦਲੂਆਂ ਦੇ ਨਾਲ ਮੁਕਾਬਲਾ।